ਛੁੱਟੀ ਹੁੰਦੀ ਹੈ ਮਤਲਬ ਦੂਏ ਥਰੀ ਆ ਉਹ ਜਿਹੜਾ ਨਾ ਉਹ ਪਾਈ ਹੋਈ ਤੇ ਮੈਂ ਪੁੱਛਿਆ ਵੀ ਮਤਲਬ ਅੱਜ ਛੇ ਵੱਜ ਕਿੱਧਰ ਦੀ ਤਿਆਰੀ ਹੈ ਤਾਂ ਅੱਗੂ ਜਵਾਬ ਦਿੰਦੇ ਨਾ ਸਾਡਾ ਅੱਜ ਬੜਾ ਵੱਡਾ ਪ੍ਰੋਗਰਾਮ ਮੈਨੂੰ ਜੀ ਹਾਂਜੀ ਮਤਲਬ ਤੁਸੀਂ ਸਹੀ ਆਖਿਆ ਬੜੇ ਬੜੇ ਪ੍ਰੋਗਰਾਮ ਹੁੰਦੇ ਨੇ ਅੱਜ ਸਵੇਲੇ ਦੀ ਗੱਲ ਹੈ ਮਤਲਬ ਹੈ ਵੀ ਕੁੱਕੜੇ ਬਾਂਗ ਨਹੀਂ ਨਾ ਦਿੱਤੀ ਜੀ ਤੇ ਮੈਂ ਆਪਣੀ ਨੂੰਹ ਕੋਲ ਪੁੱਛਿਆ ਬਈ ਜਿਹੜਾ ਨਾ ਗਵਾਚਨ ਕੁੱਕੜੇ ਬਾਂਗ ਨਹੀਂ ਦਿੱਤੀ ਉਸ ਕੁੱਕੜੇ ਮੈਨੂੰ ਕਿ ਦੱਸੋ ਵੀ ਫਜ਼ਰ ਹੋ ਗਈ ਜਾਂ ਬਾਂਗ ਚਾਹਤੇ ਅੱਜ ਕੀ ਪ੍ਰੋਗਰਾਮ ਉਸੂ ਮਤਲਬ ਇਸੇ ਤਰ੍ਹਾਂ ਹੁਣ ਅਸਲੀ ਗੱਲ ਹੈ ਜੀ ਜਿਹੜੀ ਜਿਹੜਾ ਨਾ ਇਹ ਸਵੇਰੇ ਬਾਂਗ ਜਿਹੜੀ ਹੁੰਦੀ ਨਾ ਉਸਦੀ ਆਪਣੀ ਚਸ ਹੁੰਦੀ ਸਵੇਲੇ ਇਹ ਕੁੱਕੜੇ ਦੀ ਬਾਂਗ ਜਿਹੜੀ ਸਾਡੇ ਵਾਸਤੇ ਇੰਝ ਹੈ ਜਿਵੇਂ ਤੁਸੀਂ ਵਾਲਾ ਰੰਗ ਨਾ ਲੈਂਦੇ ਇਹ ਮਤਲਬ ਅਸੀਂ ਲੋਕ ਕਿਸਾਨ ਜੋ ਆਏ ਕਰਨੇ ਆ ਹੋ ਹੋ ਅੱਛਾ ਯਾਨੀ ਮੁਰਗੇ ਕੀ ਅਜ਼ਾਨ ਜੋ ਹੈ ਉਹ ਆਪਕੇ ਲਈ ਇੱਕ ਅਲਾਰਮ ਕੀ ਹੈਸੀਅਤ ਰੱਖਤੀ ਹੈ ਆਪ ਪਹਿਲੇ ਕਿਹੜੀਆਂ ਮਤਲਬ ਟੈਂਪੀ ਸੌਂਚੀਆਂ ਜੀ ਜੀ ਬਿਲਕੁਲ ਅਬ ਤੋ ਬਹੁਤ ਸਾਰੀ ਫੈਸਿਲਿਟੀਜ਼ ਹੋ ਗਈ ਹੈ ਦੇਖੇ ਨਾ ਆਪ ਜਬ ਚਾਹੇ ਆਪ ਅਲਾਰਮ ਲਗਾ ਸਕਤੇ ਹੈ ਉੱਠਣਾ ਚਾਹੇ ਤੋ ਅਬ ਯਹ ਅੱਛਾ ਤੋ ਆਪ ਵੋ ਮੁਰਗੇ ਕਾ ਕੋਈ ਵਾਕਿਆ ਬਤਾ ਰਹੇ ਥੇ ਜੀ ਉਹ ਮਤਲਬ ਮੈਂ ਉਹ ਦਸੰਦਾ ਤੇ ਕੁੱਕੜਾਂ ਦੀ ਲੜਾਈ ਹੋਈ ਨਾ ਜੀ ਤੋ ਮਸਕੀਨ ਕੁੱਕੜ ਕਦਮ ਹਾਰ ਗਿਆ ਤਾਂ ਉਹਨਾਂ ਜਿਹੜਾ ਇਹਨ ਕੀਤਾ ਉਹ ਸਭ ਫਿਰ ਛੁਰੀ ਫੇਰ ਛੋੜੀ ਮਤਲਬ ਮੈਂ ਤੁਸੀਂ ਕਹਿ ਸਕਦੇ ਹੋ ਛੁਰੀ ਪ੍ਰੋਗਰਾਮ ਕਾਰਡ ਛੋੜਿਆ ਨਹੀਂ ਉਸਨੂੰ ਅਤੇ ਨਾਲ ਹੀ ਸਾਡਾ ਅਲਾਰਮ ਵੀ ਜਿਹੜਾ ਉਹ ਖਰਾਬ ਹੋ ਗਿਆ ਬਹੁਤ ਦੁੱਖ ਹੋਇਆ ਜੀ ਕਿਸ ਗੱਲ ਹੈ ਤਾਂ ਇਹ ਜੋ ਮੁਰਗੇ ਕੋ ਉਹਨਾਂ ਨੇ ਜ਼ਬਾ ਕਰ ਦਿਆ ਇੱਕ ਬੇਚਾਰਾ ਮਸਕੀਨ ਜਾਨਵਰ ਥਾ ਅਗਰ ਹਾਰ ਗਿਆ ਤੋ ਉਸੇ ਉਹਨਾਂ ਨੇ ਉਹ ਜ਼ਬਾ ਕਰ ਦਿਆ ਅੱਛਾ ਨਹੀਂ ਹੋਇਆ ਨਾ ਤੇ ਜਿਹੜਾ ਸਾਡਾ ਅਲਾਰਮ ਮੁੱਕ ਗਿਆ ਉਸ ਤਾਂ ਦੁੱਖ ਨਹੀਂ ਹੋਇਆ ਹੈ ਜੀ ਇਹ ਕੌਣ ਸਾ ਮਸਲਾ ਹੈ ਜੀ ਇਹ ਕੋਈ ਮਸਲਾ ਨਹੀਂ ਹੈ ਨਾ ਅਬ ਮੋਬਾਈਲ ਹੈ ਘਰ ਘਰ ਮੈਂ ਆਪਕੇ ਪਾਸ ਵੀ ਮੋਬਾਈਲ ਹੋਗਾ ਸਾਰੀ ਬਾਤ ਹੈ ਆਪ ਉਸ ਪੇ ਅਲਾਰਮ ਲਗਾ ਸਕਤੇ ਹੈ ਜਬ ਚਾਹੇ ਹਾਂ ਲਗਾ ਸਕਤੇ ਹੈ ਜੀ ਗੱਲ ਬਣੀ ਪਈ ਅੱਛਾ ਉਹ ਅਲਾਰਮ ਹੈ ਤੁਮਾ ਯਾਦ ਆਇਆ ਬਈ ਮੈਂ ਪੋਤਰਾ ਆਦਾ ਨਾ ਐ ਬਹੂਆ ਅਖ ਮਾਮਾ ਅਖ ਜਣੀ ਸਵੇਰੇ 7 ਵਜੇ ਅਲਾਰਮ ਲਗਾਏ ਪਰ ਮੁਝੇ ਡਿਸਟਰਬ ਨਹੀਂ ਕਰਨਾ ਹੈ ਜੀ ਇੰਜਾਦਾ ਬੜਾ ਜਲਾ ਸ਼ੈਤਾਨ ਹੈ ਮੱਖਣ ਡਿਸਟਰਬ ਕਿਉਂ ਨਹੀਂ ਕਰਨਾ ਜਿਹੜੇ ਹੈ ਨੀਂਦਰ ਜਿਹੜੀ ਖਰਾਬ ਹੋਤੀ ਹੈ ਨਾ ਗ੍ਰਹਿਣ ਜਿਹੜੇ ਪਾ ਉਹ ਮੈਂ ਕਿਹਾ ਗ੍ਰਹਿਣ ਕਿ ਤੂੰ ਪਾ ਕੱਢ ਆਉਂਦੀ ਹੈ ਪਾ ਦਾਲ ਜਿਹੜੀ ਉਹ ਅਸੀਂ ਖਾਂਦੇ ਸਾਲ ਸਵੇਲੇ ਨਾਲ ਮਤਲਬ ਚੌਲ ਮਤਲਬ ਉਬਾਲ ਕੇ ਉਹ ਮਤਲਬ ਬੜੀ ਸ਼ਰਾਰਤੀ ਨਾ ਕਰ ਜਾਏ ਕੁਛ ਦੁਨੀਆਂ ਅਜੀ ਬਹੁਤ ਸਰੀਰ ਬੱਚਾ ਹੈ ਕਹੀਂ ਆਪਨੇ ਤੋ ਘੁੱਟੀ ਨਹੀਂ ਡਾਲੀ ਉਸੇ ਤਾਂ ਜੀ